ਭਰਤੀ ਦਾ ਇੰਤਜ਼ਾਰ ਕਰ ਰਹੇ ਹਜ਼ਾਰਾਂ ਵਿਦਿਆਰਥੀ ਹਰ ਦਿਨ ਟਿਕ ਟਿਕੀ ਲਾ ਕੇ ਦੇਖਦੇ ਨੇ ਕਿ ਕਿਸ ਵਕਤ ਸਰਕਾਰ ਦਾ ਕੋਈ ਵੱਡੇ ਸਤਰ ਦਾ ਨੋਟੀਫਿਕੇਸ਼ਨ ਆਵੇ ਤਾਂ ਦੋਸਤੋ ਤੁਹਾਡੇ ਤੱਕ ਗਿਲਜ ਮੈਂਟਰ ਹਮੇਸ਼ਾ ਇੱਕ ਵੱਡੇ ਸਤਰ ਦੀ ਭਰਤੀ ਦੀ ਜਾਣਕਾਰੀ ਲੈ ਕੇ ਹੀ ਪਹੁੰਚਦਾ ਹੈ ਔਰ ਅੱਜ ਫਿਰ ਮੈਂ ਤੁਹਾਡੇ ਲਈ ਬਹੁਤ ਵੱਡੇ ਸਤਰ ਦੀ ਭਰਤੀ ਇੱਕ ਪੀਪੀਐਸਸੀ ਨੇ ਅਨਾਉਂਸ ਕੀਤੀ ਹੈ ਸਬ ਡਿਵੀਜ਼ਨਲ ਅਫੀਸਰ ਦੀ ਜਿਹਦੇ ਵਿੱਚ ਦੋ ਦੋ ਤਰੀਕੇ ਦੇ ਨੋਟੀਫਿਕੇਸ਼ਨਸ ਆਊਟ ਕੀਤੇ ਨੇ ਇੱਕ ਤਾਂ ਹੈਗਾ ਸਬ ਡਿਵੀਜ਼ਨਲ ਅਫੀਸਰ ਦਾ ਤੇ ਇੱਕ ਲੀਗਲ ਅਸਿਸਟੈਂਟ ਦਾ ਇਹਨਾਂ ਦੋਨਾਂ ਭਰਤੀਆਂ ਦੀ ਵੱਡੀ ਖਬਰ ਮੈਂ ਤੁਹਾਡੇ ਤੱਕ ਲੈ ਕੇ حاضر ਹਾਂ ਜਿੰਨੇ ਵੀ ਸੁਪਚੰਤਕ ਸਾਡੇ ਨਾਲ ਜੁੜੇ ਹੋਏ ਨੇ ਤਾਂ ਮੈਂ ਤੁਹਾਨੂੰ ਇਹ ਹੀ ਕਹਾਂਗਾ ਕਿ ਤੁਹਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਔਰ ਸਵੇਰੇ ਸਵੇਰੇ ਮੈਂ ਤੁਹਾਡੇ ਲਈ ਬਹੁਤ ਵੱਡੇ ਸਤਰ ਦੀ ਨੌਕਰੀ ਦੀ ਜਾਣਕਾਰੀ ਲੈ ਕੇ ਪਹੁੰਚ ਚੁੱਕਿਆ ਪੂਰੇ ਨੋਟੀਫਿਕੇਸ਼ਨ ਤੇ ਚਰਚਾ ਕਰਾਂਗੇ ਭਰਤੀ ਕਿਸ ਤਰੀਕੇ ਨਾਲ ਕੀਤੀ ਜਾਏਗੀ ਤੁਸੀਂ ਫਾਰਮ ਕਿਵੇਂ ਭਰਨਾ ਹੈ ਫਾਰਮ ਦੀ ਫੀਸ ਕਿੰਨੀ ਹੋਏਗੀ ਤੁਹਾਡਾ ਸਿਲੈਕਸ਼ਨ ਕਿਵੇਂ ਹੋਏਗਾ ਸਿਲੈਕਸ਼ਨ ਹੋਏਗਾ ਤਾਂ ਅਗਰ ਲਿਖਤੀ ਪੇਪਰ ਹੈ ਜਾਂ ਇੰਟਰਵਿਊ ਹੈ ਅਗਰ ਲਿਖਤੀ ਪੇਪਰ ਹੋਏਗਾ ਤਾਂ ਦਾ ਸਿਲੇਬਸ ਕੀ ਹੋਏਗਾ ਉਹਦੀ ਪ੍ਰੋਸੈਸ ਕੀ ਹੋਏਗੀ ਪੂਰੀ ਜਾਣਕਾਰੀ ਤੁਹਾਨੂੰ ਇਸੇ ਹੀ ਸੈਸ਼ਨ ਦੇ ਵਿੱਚ ਦੇਣ ਵਾਲਾ ਹਾਂ ਜੇ ਤੁਸੀਂ ਚਾਹੁੰਦੇ ਥੋੜੇ ਤੱਕ ਐਦਾਂ ਹੀ ਸਰਕਾਰੀ ਅਸਾਮੀਆਂ ਲੇਟੈਸਟ ਜਾਣਕਾਰੀ ਪੇਪਰ ਦੇ ਸਬੰਧ ਸਿਲੇਬਸ ਦੇ ਸਬੰਧ ਇੰਪੋਰਟੈਂਟ ਅਪਡੇਟਸ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਹੀਂ ਭੁੱਲਣਾ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਗਏ ਸਾਡੇ ਇੰਸਟਾਗ੍ਰam ਟੈਲੀਗ੍ਰam ਵਟਸਐਪ ਤੇ ਕਲਿੱਕ ਕਰਕੇ ਤੁਸੀਂ ਜੁੜ ਸਕਦੇ ਹੋ ਜਿੱਥੇ ਤੁਹਾਨੂੰ ਸਟੱਡੀ ਮਟੀਰੀਅਲ ਟਾਈਮ ਟੂ ਟਾਈਮ ਤੇ ਸਾਡੇ ਆਫੀਸ਼ੀਅਲ ਵੈਬਸਾਈਟ ਤੇ ਟੈਸਟ ਸੀਰੀਜ਼ ਦੀ ਜਾਣਕਾਰੀ ਵੀ ਤੁਹਾਨੂੰ ਟਾਈਮ ਟੂ ਟਾਈਮ ਪ੍ਰੋਵਾਈਡ ਕੀਤੀ ਜਾਂਦੀ ਹੈ ਚਲਦੇ ਹਾਂ ਆਪਾਂ ਆਫੀਸ਼ੀਅਲ ਨੋਟੀਫਿਕੇਸ਼ਨ ਤੇ ਤਾਂ ਪਲੀਜ਼ ਤੁਸੀਂ ਇਸ ਨੂੰ ਰੱਜ ਕੇ ਗੱਜ ਕੇ ਔਰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਸਭ ਤੱਕ ਇਹ ਜਾਣਕਾਰੀ ਪਹੁੰਚਣੀ ਬੇਹਤ ਲਾਜ਼ਮੀ ਹੈ ਚਰਚਾ ਕਰਦੇ ਹਾਂ ਸਭ ਤੋਂ ਪਹਿਲਾ ਨੋਟੀਫਿਕੇਸ਼ਨ ਜੋ ਕਿ ਪੀਪੀਐਸਸੀ ਨੇ ਅਨਾਉਂਸ ਕੀਤਾ ਹੈ ਪੰਜਾਬ ਪੋਸਟਾਂ ਨੇ ਸਬ ਡਿਵੀਜ਼ਨਲ ਇੰਜੀਨੀਅਰ ਦੇ ਰਿਗਾਰਡਿੰਗ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੋ ਕਿ ਡਿਪਾਰਟਮੈਂਟ ਹੋਏਗਾ ਵਾਟਰ ਸਪਲਾਈ ਐਂਡ ਸੈਨੀ ਸੈਨੀਟੇਸ਼ਨ ਡਿਪਾਰਟਮੈਂਟ ਆਫ ਪੰਜਾਬ ਦੇ ਵਿੱਚ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਜਨਰਲ ਦੀਆਂ 23 ਪੋਸਟਾਂ ਨੇ ਐਕਸ ਸਰਵਿਸਮੈਨ ਈ ਐਲ ਡੀ ਸੀ ਐਮ ਪੰਜਾਬ ਦੀਆਂ ਤਿੰਨ ਪੋਸਟਾਂ ਨੇ ਸਪੋਰਟਸ ਪਰਸਨ ਦੀ ਇੱਕ ਪੋਸਟ ਹੈ ਜਿਹੜੇ ਪੀ ਡਬਲਯੂ ਡੀ ਕੈਂਡੀਡੇਟਸ ਹੁੰਦੇ ਨੇ ਟੋਟਲ ਉਹਨਾਂ ਦੇ ਵਿੱਚ ਤਕਰੀਬਨ ਇਹਨਾਂ ਨੇ 76 ਬੀ ਔਰ ਸੀ ਦੇ ਤਹਿਤ ਮਿਲਾ ਕੇ ਟੋਟਲ 10 ਪੋਸਟਾਂ ਡਿਕਲੇਅਰ ਕੀਤੀਆਂ ਹਨ ਐਸ ਸੀ ਅਦਰ ਪੰਜਾਬ ਪੰਜ ਪੋਸਟਾਂ ਨੇ ਐਸਸੀ ਅਦਰ ਜੋ ਕਿ ਐਲਡੀਐਸਮ ਚਾਹੁੰਦੇ ਨੇ ਇੱਕ ਪੋਸਟ ਹੈ ਐਸਸੀ ਅਦਰ ਸਪੋਰਟਸ ਪਰਸਨਲੀ ਇੱਕ ਪੋਸਟ ਹੈ ਬਾਲਮਿਕੀ ਮਜਬੀ ਸਿੱਖ ਲਈ ਟੋਟਲ ਪੰਜ ਪੋਸਟਾਂ ਨੇ ਬਾਲਮਿਕੀ ਮਜਬੀ ਸਿੱਖ ਐਲਡੀਐਸਮ ਲਈ ਦੋ ਪੋਸਟਾਂ ਨੇ ਬੀਸੀ ਦੇ ਲਈ ਇੱਕ ਪੋਸਟ ਹੈ ਔਰ ایਡਬਲਿਊ ਐਸ ਦੇ ਲਈ ਪੰਜ ਪੋਸਟਾਂ ਨੇ ਟੋਟਲ 50 ਪੋਸਟਾਂ ਦਾ ਇੱਥੇ ਵਟਾਂਦਰਾ ਕੀਤਾ ਗਿਆ ਹੈ ਦੋਸਤੋ ਇਹਦੇ 'ਚ ਤੁਹਾਡਾ ਪੇ ਗ੍ਰੇਡ ਰਹੇਗਾ ਕਾਫੀ ਅੱਛਾ ਹੈ 5400 ਰੁਪਏ ਪੇ ਗ੍ਰੇਡ ਰਹੇਗਾ ਏਸੈਂਸ਼ੀਅਲ ਕੁਆਲਿਫਿਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਤੁਹਾਡੇ ਕੋਲੇ ਬੀਟੈਕ ਕੀਤੀ ਹੋਣੀ ਚਾਹੀਦੀ ਹੈ ਸਿਵਲ ਦੇ ਵਿੱਚ ਜਾਂ ਮੈਕੈਨਿਕਲ ਦੇ ਵਿੱਚ ਤਾਂ ਉਹ ਕੈਂਡੀਡੇਟਸ ਆਪਣਾ ਫਾਰਮ ਭਰ ਸਕਦੇ ਨੇ ਪਰੰਤੂ ਇੱਕ ਸ਼ਰਤ ਹੈ ਕਿ ਪੰਜਾਬੀ 10ਵੀਂ ਕਲਾਸ ਵਿੱਚ ਪਾਸ ਕੀਤੀ ਹੋਣੀ ਲਾਜ਼ਮੀ ਹੈ ਜਾਂ ਇਹਦੇ ਬਰਾਬਰ ਕੋਈ ਤੁਹਾਡੇ ਕੋਲੇ ਸਟੈਂਡਰਡ ਏਸੈਂਸ਼ੀਅਲ ਡਿਗਰੀ ਹੋਣੀ ਲਾਈਕ ਪੰਜਾਬੀ ਪਾਸ ਦਾ ਸਰਟੀਫਿਕੇਟ ਹੋਣਾ ਲਾਜ਼ਮੀ ਹੈ ਉਮਰ ਦੀ ਗੱਲ ਕਰਦੇ ਹਾਂ ਤਾਂ 18 ਸਾਲ ਤੋਂ ਲੈ ਕੇ 37 ਸਾਲ ਤੱਕ ਦੀ ਉਮਰ ਦਾ ਤੁਹਾਡਾ ਰੱਖਿਆ ਗਿਆ ਹੈ ਤਜ਼ਾਕਾ ਇੱਥੋਂ ਤੱਕ ਯਾਦ ਰੱਖਣਾ ਹੈ ਜੋ ਕਿ ਉਮਰ ਤੁਹਾਡੀ ਕਨਸੀਡਰ ਕੀਤੀ ਜਾਏਗੀ 1 ਜਨਵਰੀ ਯਾਨੀ ਪਹਿਲੀ ਜਨਵਰੀ 2020 ਤੁਹਾਡੀ ਇੱਥੋਂ ਹੀ ਉਮਰ ਤੁਹਾਡੀ ਗਿਣੀ ਜਾਏਗੀ ਇਹਦੇ ਵਿੱਚ ਦੂਜੇ ਤਰੀਕੇ ਦੀ ਹੈ ਕਿ ਤੁਹਾਡਾ ਜੋ ਸਿਲੈਕਸ਼ਨ ਹੋਏਗਾ ਉਹ ਇੱਕ ਲਿਖਤੀ ਪੇਪਰ ਦੇ ਜ਼ਰੀਏ ਹੋਏਗਾ ਕਮਿਸ਼ਨ ਨੇ ਇੱਕ ਪੇਪਰ ਜੋ ਕਿ ਹੋਲਡ ਕੰਪੀਟੀਸ਼ਨ ਐਗਜ਼ਾਮੀਨੇਸ਼ਨ ਰਿਕਰੂਟਮੈਂਟ ਦੇ ਸਬੰਧ ਵਿੱਚ ਇਹਨਾਂ ਪੋਸਟਾਂ ਟੈਂਟੇਟਿਵ ਨਵੰਬਰ 2020 ਦੇ ਵਿੱਚ ਦੀ ਜਾਣਕਾਰੀ ਦਿੱਤੀ ਹੈ ਜੋ ਕਿ ਆਪਾਂ ਨੂੰ ਪੈਰਾ ਨੰਬਰ 6 7 ਤੇ 8 ਵਿੱਚ ਦੀ ਪੂਰਨ ਤੌਰ ਤੇ ਜਾਣਕਾਰੀ ਦਿੱਤੀ ਹੈ ਜਿਸ ਤੇ ਆਪਾਂ ਪੂਰੀ ਚਰਚਾ ਕਰਕੇ ਮੈਂ ਤੁਹਾਨੂੰ ਸਮਝਾਵਾਂਗਾ ਰਜਿਸਟ੍ਰੇਸ਼ਨ ਦੀ ਪ੍ਰੋਸੈਸੇ ਦੀ ਸ਼ੁਰੂ ਹੋ ਚੁੱਕੀ ਹੈ ਅਖੀਰਲੀ ਮਿਤੀ ਹੋਏਗੀ 31 ਜੁਲਾਈ ਹੋਏਗੀ ਤੇ ਫੀਸ ਭਰਨ ਦੀ ਅਖੀਰਲੀ ਜਿਹੜੀ ਡੇਟ ਹੈ ਉਹ ਰੱਖੀ ਗਈ ਹੈ 7 ਅਗਸਤ 2020 ਤੱਕ ਤੁਸੀਂ ਆਪਣੀ ਫੀਸ ਵਰ ਸਕਦੇ ਹਾਂ ਜਿਹੜੇ ਸਟੂਡੈਂਟਸ ਇੰਤਜ਼ਾਰ ਕਰਦੇ ਨੇ ਤੁਹਾਨੂੰ ਪਤਾ ਹੈ ਕਿ ਸਾਡੇ ਸੂਬੇ ਦੇ ਵਿੱਚ ਇਸੇ ਹੀ ਤਰੀਕੇ ਨਾਲ 50 60 70 80 ਆਫੀਸਰ ਗ੍ਰੇਡ ਦੀਆਂ ਪੋਸਟਾਂ ਨਿਕਲਦੀਆਂ ਨੇ ਤਾਂ ਇਹ ਪੋਸਟਾਂ ਕੋਈ ਜ਼ਰੂਰੀ ਨਹੀਂ ਹੈ ਕਿ ਹਰ ਮਹੀਨੇ ਜਾਂ ਹਰ ਸਾਲ ਨਿਕਲਦੀਆਂ ਇਹ 3-4 ਸਾਲਾਂ ਬਾਅਦ ਹੀ ਇੱਕ ਪੋਸਟਾਂ ਆਉਂਦੀਆਂ ਨੇ ਸੋ ਦੈਟ ਇੱਥੇ ਹੀ ਤੁਹਾਨੂੰ ਕਰ ਕਰਨਾ ਪਏਗਾ ਜੋ ਕੁਝ ਕਰਨਾ ਹੈ ਤੁਸੀਂ ਅਗਰ ਅੱਛੀ ਪੋਸਟ ਲੈਣਾ ਚਾਹੁੰਦੇ ਹੋ ਜ਼ਿਕਰ ਕਰਦੇ ਹਾਂ ਕੁਝ ਪੈਂਡਿੰਗ ਗੱਲਾਂ ਬਾਤਾਂ ਸੀਗੀਆਂ ਉਹਨਾਂ ਦੇ ਸਬੰਧ ਚ ਹੈ ਕਿ ਲਿਖਤੀ ਪੇਪਰ ਜੋ ਕੰਪੀਟੀਟਿਵ ਇਗਜ਼ਾਮ ਹੋਏਗਾ ਪੋਸਟ ਸ਼ੈਡਿਊਲ ਟੈਂਟੇਟ ਰੱਖੀ ਹੈ ਇਹਦੇ ਸਬੰਧ ਵਿੱਚ ਸਬ ਡਿਵੀਜ਼ਨਲ ਇੰਜੀਨੀਅਰ ਦੇ ਰਿਗਾਰਡਿੰਗ ਜੋ ਪੋਸਟਾਂ ਨੇ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਦੇ ਤਹਿਤ ਇਹ ਪੋਸਟਾਂ ਕੱਢੀਆਂ ਗਈਆਂ ਹੈ 300 ਨੰਬਰਾਂ ਦਾ ਲਿਖਤੀ ਪੇਪਰ ਹੋਏਗਾ 120 ਕੁਐਸਚਨ ਹੋਣਗੇ ਈਚ ਕੁਐਸਚਨ ਕੈਰੀਜ਼ 2.5 ਮਾਰਕਸ ਠੀਕ ਹੈ ਇਹ 40 ਨੰਬਰਾਂ ਦਾ ਤੁਹਾਡਾ ਇੰਟਰਵਿਊ ਰੱਖਿਆ ਗਿਆ ਹੈ ਇਦੇ ਚੈਕ ਕਿ ਸਿਲੇਬਸ ਆਫ ਸਬਜੈਕਟ ਤਕਰੀਬਨ 100 ਕੁਐਸਚਨਸ ਨੇ 250 ਮਾਰਕਸ ਰਹਿਣਗੇ ਜਿਹਦੇ ਚ ਕੀ ਇਹਨਾਂ ਨੇ ਲੌਜੀਕਲ ਰੀਜ਼ਨਿੰਗ ਮੈਂਟਲ ਐਬਿਲਿਟੀ ਜਨਰਲ ਨੋਲੇਜ ਐਂਡ ਕਰੰਟ ਅਫੇਅਰ ਦੇ 20 ਕੁਐਸਚਨਸ ਐਂਡ 50 ਮਾਰਕਸ ਦੇ ਰਹਿਣਗੇ ਔਰ ਟੋਟਲ ਜੋ ਕੁਐਸਚਨਸ ਡਿਊਰੇਸ਼ਨ ਰਹੇਗਾ 120 ਆਂ ਦਾ ਤਕਰੀਬਨ ਤਕਰੀਬਨ 300 ਥੋੜਾ ਬਣਾ ਦਿੱਤਾ ਜਾਏਗਾ ਹੁਣ ਗੱਲ ਕਰਦੇ ਆ ਕਿ ਜੋ ਕਿ ਇਹਨਾਂ ਨੇ ਤਕਰੀਬਨ 2 ਘੰਟੇ ਦਾ ਤੁਹਾਨੂੰ ਟਾਈਮ ਦੇਣਾ ਹੈ ਇੰਟਰਵਿਊ ਤੁਹਾਡਾ 40 ਨੰਬਰ ਦਾ ਹੋਏਗਾ ਟੋਟਲ 340 ਚੋਂ ਮੈਰਿਟ ਬਣੇਗੀ ਔਰ ਜੋ ਮ हम ये रिगार्डिंग की है थोड़ा सिलेबस ऑफ कंपीटेटिव एग्जाम के रिगार्डिंग देख लें हैं इन्होंने कंसट्रक्शन मटीरियल कंप्लीट थो आएगा सॉलिड सॉलिड मकैनिक्स के संबंध च आएगा तो स्ट्रक्चर ऑफ एनालििसिसबंध आएगा डिजाइन ऑफ स्टील स्ट्रक्चर आएगा डिजाइन ऑफ कन जो कि संबंध सनक्रीट एंड जो खास तौर पर स्ट्रक्चरल सिस्टम होंबंध आएगा कंसट्रक्शन प्लानिंग मैनेजमेंट से संबंध आएगा तो फ्लो ऑफ फ्लुड्स से संबंधित सूँ जाएगा ठीक है यानी वाटर रिसोर्स इंजीनियरिंग रगार्डिंग ਪੁੱਛਿਆ ਜਾਏਗਾ এনवायरमेंटਲ ਇੰਜੀਨੀਅਰਿੰਗ ਆਏਗੀ ਇਸ ਤੋਂ ਇਲਾਵਾ ਵੀ ਛੋਟਾ ਮੋਟਾ ਸਿਲੇਬਸ ਹੈ ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਸਰੇਂਗ ਐਂਡ ਜੋ ਕਿ ਇਸ ਤਰੀਕੇ ਦੀ ਆਪਾਂ ਨੂੰ ਜੀਓਲੋਜੀ ਪਾਰਟ ਹੈਗਾ ਉਹ ਆਏਗਾ ਹਾਈਵੇ ਇੰਜੀਨੀਅਰਿੰਗ ਦੇ ਸਬੰਧ ਚ ਆ ਗਿਆ ਮੋਟਰ ਆ ਗਿਆ ਪੰਪਸ ਆ ਗਿਆ ਰਿਗਾਰਡਿੰਗ ਇਸੇ ਤਰੀਕੇ ਦਾ ਮਤਲਬ ਕਿ ਵਾਟਰ ਐਂਡ ਸੈਨੀਟੇਸ਼ਨ ਦੇ ਸਬੰਧ ਚ ਹੋਏਗਾ ਜਿਵੇਂ ਸੋਲਰ એનર્ਜੀ ਹੈ ਪ੍ਰੋਜੈਕਟ ਮੈਨੇਜਮੈਂਟ ਹੈ ਠੀਕ ਹੈ ਪ੍ਰਕਿਊਰਮੈਂਟ ਦਾ ਕਾਸਟ ਐਸਟੀਮੇਟ ਹੋ ਗਿਆ ਹੈ ਠੀਕ ਹੈ ਇਹਨਾਂ ਦੇ ਸਬੰਧ ਚ ਸਿਲੇਬਸ ਤੁਹਾਨੂੰ ਪੁੱਛਿਆ ਜਾਏਗਾ राइट रीजनिंग दैट एज पर एज यूजुअल ਹੁੰਦਾ ਹੀ ਹੈ ਕਿ ਵਰਬਲ ਅਤੇ ਨੋਨ ਵਰਬਲ ਪਾਰਟ ਆਏਗਾ ਜੋ ਕਿ ਇਹਦੇ ਸਬੰਧ ਵਿੱਚ ਜਾਣਕਾਰੀ ਆਪਾਂ ਤੁਹਾਨੂੰ ਬਾਰ-ਬਾਰ ਪ੍ਰੋਵਾਈਡ ਕਰਵਾ ਰਹੇ ਹਾਂ ਤਾਂ ਤੁਹਾਨੂੰ ਮੈਂ ਅਨਾਉਂਸ ਕਰਨਾ ਚਾਹਾਂਗਾ ਕਿ ਇਹਦੀ ਟੈਸ ਸੀਰੀਜ਼ ਤੁਹਾਨੂੰ ਨੈਕਸਟ ਹਫਤੇ ਤੋਂ ਅਵੇਲੇਬਲ ਹੋ ਜਾਏਗੀ ਔਰ ਇਹਦੇ ਸਬੰਧ ਵਿੱਚ ਗਿਲਜ਼ ਮੈਂਟਰ ਪ੍ਰੋਪਰਲੀ ਤਰੀਕੇ ਨਾਲ ਅੱਛੇ ਇੱਕ ਪ੍ਰੋਫੈਸਰ ਲੈਵਲ ਤੋਂ ਕੋਰਸ ਵੀ ਤੁਹਾਡਾ ਰਨ ਕੀਤਾ ਜਾਏਗਾ ਇਹਦੇ ਸਬੰਧ ਵਿੱਚ ਜੋ ਵੀ ਰਿਸਪੈਕਟਡ ਪਰਸਨ ਅਗਰ ਚਾਹੁੰਦੇ ਨੇ ਅੱਛਾ ਯਕੀਨੀ ਸਿਲੈਕਸ਼ਨ ਯਾਨੀ ਸਾਡੇ ਕੋਰਸਸ ਕੋਈ ਵੀ ਜੁਆਇਨ ਕਰ ਸਕਦੇ ਹੋ ਪੰਜਾਬ ਪਟਵਾਰੀ ਪੰਜਾਬ ਪੁਲਿਸ ਸਬ ਇੰਸਪੈਕਟਰ ਪ੍ਰਿੰਸੀਪਲ ਹੈਡਮਾਸਟਰ ਬੀਪੀਓ اور ਇਸ ਤੋਂ ਇਲਾਵਾ ਯਾਨੀ ਫੰਕਸ਼ਨਲ ਮੈਨੇਜਰ ਤੇ ਇਸ ਦੇ ਨਾਲ ਨਾਲ ਸਾਡੇ ਕੋਲੇ ਆਈਬੀਪੀਐਸ ਕਲੈਰੀਕਲ ਦੇ ਬੈਚਸ ਸ਼ੁਰੂ ਹੋ ਚੁੱਕੇ ਨੇ ਤੁਹਾਡੇ ਜੋ ਕੋਈ ਵੀ ਪਰਸਨ ਅਗਰ 100% ਸੈLECTION ਵਾਲਾ ਚਾਹੁੰਦਾ ਹੈ ਜਿੱਥੇ ਕਿ ਟਾਪ 20 ਟੀਚਰਸ ਟੀਚ ਕਰ ਰਹੇ ਨੇ ਬਹੁਤ ਬਿਹਤਰੀਨ ਤਰੀਕੇ ਨਾਲ ਜਿੱਥੇ ਸਟੱਡੀ ਮਟੀਰੀਅਲ ਕੰਪਲੀਟ ਫ੍ਰੀ ਹੈ ਟਾਪਿਕ ਵਾਈਜ਼ ਪ੍ਰੈਪਰੇਸ਼ਨ ਹੁੰਦੀ ਹੈ ਲਾਈਵ ਟੈਸਟ ਹੁੰਦੇ ਨੇ ਤਾਂ ਇਸ ਤਰੀਕੇ ਦੀ ਤਿਆਰੀ ਅਗਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਅਫੀਸ਼ੀਅਲ ਨੰਬਰ 9041043677 ਤੇ ਕਾਲ ਕਰ ਸਕਦੇ ਹੋ ਜਾਂ ਸਾਡੀ ਐਪ ਇੰਸਟਾਲ ਕਰ ਸਕਦੇ ਹੋ ਰਜਿਸਟ੍ਰੇਸ਼ਨ ਦੀ ਪ੍ਰੋਸੈਸ ਗੱਲ ਕਰਦੇ ਆਂ ਤਾਂ ਐਸ ਯੂਜਵਲ ਤੁਹਾਨੂੰ ਮੈਂ ਦੱਸਿਆ ਹੈ 31 ਤੱਕ ਤੁਹਾਨੂੰ ਹੋਏਗਾ ਫਾਰਮ ਭਰਨ ਦਾ ਜਰੀਆ ਦਿੱਤਾ ਜਾਏਗਾ ਯਾਦ ਰੱਖਣਾ ਹੈ ਇਹਦੇ ਨਾਲ ਨਾਲ ਕਿ ਸਾਡੇ ਕੋਲੇ ਫਾਰਮ ਫੀਸ ਕਿੰਨੀ ਹੋਏਗੀ ਜੋ ਕਿ ਐਸ ਪਰ ਹਮੇਸ਼ਾ ਜੋ ਪੀਪੀਐਸਸੀ ਦੀ ਫੀਸ ਹੁੰਦੀ ਸੇਮ ਹੁੰਦੀ ਹੈ ਐਸਸੀ ਐਸਟੀ ਜੋ ਕੈਂਡੀਡੇਟਸ ਨੇ ਉਹਨਾਂ ਦੇ ਲਈ 1125 ਰੁਪਏ ਰਹੇਗਾ ਐਕ ਸਰਵਿਸਮੈਨ ਲਈ 500 ਰੁਪਏ ਰਹੇਗਾ 올 ਅਦਰ ਕੈਟਾਗਰੀ ਨੇ ਖਾਸ ਤੌਰ ਤੇ ਐਕ ਸਰਵਿਸਮੈਨ ਨੇ ਠੀਕ ਹੈ ਜਾਂ ایਡਬਲਿਊਐਸ ਉਹਨਾਂ ਦੇ ਲਈ 3000 ਰੁਪਏ ਰਹੇਗਾ ਠੀਕ ਹੈ ਔਰ ਅਗਰ ਪਰਸਨ ਜੋ ਪੀਡਬਲਯੂਡੀ ਐ 1750 ਰੁਪਏ ਫੀਸ ਰਹੇਗੀ ਖਾਸ ਤੌਰ ਤੇ ਜੋ ਕਿ ਐਸਸੀ ਬੀਸੀ ਦੇ ਕੈਂਡੀਡੇਟਸ ਨੇ ਪੰਜਾਬ ਸਟੇਟ ਦੇ ਓਨਲੀ ਉਹਨਾਂ ਲਈ 1125 ਰੁਪਏ ਫੀਸ ਰਹੇਗੀ ਸੋ ਥੈਟ ਬਿਲਕੁਲ ਬਹੁਤ ਅچھے ਤਰੀਕੇ ਨਾਲ ਮੈਂ ਸਾਰੀ ਜਾਣਕਾਰੀ ਦੇ ਦਿੱਤੀ ਹੈ ਫਿਰ ਵੀ ਕੋਈ ਜਾਣਕਾਰੀ ਅਗਰ ਛੁੱਟ ਰਹੀ ਹੈ ਮੇਰ ਤੋਂ ਤਾਂ ਪਲੀਜ਼ ਇਸ ਨੂੰ ਅچھے ਤਰੀਕੇ ਨਾਲ ਰੀਡ ਕਰ ਲਿਓ ਤਾਂ ਕਿ ਤੁਸੀਂ ਅچھے ਤਰੀਕੇ ਨਾਲ ਫਾਰਮ 'ਚ ਕੋਈ ਗਲਤੀ ਨਹੀਂ ਕਰਨੀ ਹੈ ਮੈਂ ਯਾਦ ਕਰਾਵਾਂਗਾ ਕਿ ਫਿਲਹਾਲ ਮੈਂ ਪਿੱਛੇ ਜੇ ਇੱਕ ਨੋਟੀਫਿਕੇਸ਼ਨ ਦੀ ਜਾਣਕਾਰੀ ਦਿੱਤੀ ਸੀਗੀ ਕਿ ਜਿਨਨੇ ਕਿ ਐਗਰੀਕਲਚਰ ਆਫੀਸਰ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੇ ਆਪਣੇ ਫਾਰਮ ਗਲਤ ਭਰੇ ਸੀਗੇ ਤਾਂ ਤੁਹਾਨੂੰ ਪੀਪੀਐਸਸੀ ਕਦੇ ਵੀ ਤੁਹਾਡੀ ਫੀਸ ਰਿਫੰਡ ਨਹੀਂ ਕਰੇਗੀ ਸੋ ਦੈਟ ਸੋ ਸਮਝ ਕੇ ਫਾਰਮ ਭਰਨਾ ਹੈ ਕਿਸੇ ਵੀ ਗਲਤੀ ਜਾਣਕਾਰੀ ਦੀ ਜਰੂਰਤ ਹੋਵੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਪੂਰਨ ਜਾਣਕਾਰੀ ਮਿਲ ਜਾਏ ਠੀਕ ਹੈ ਹੁਣ ਇਸ ਤੋਂ ਬਾਅਦ ਦੂਜਾ ਨੋਟੀਫਿਕੇਸ਼ਨ ਉਹਦੀ ਜ਼ਿਕਰ ਕਰਦੇ ਆਪਾਂ ਦੋਸਤੋ ਇੱਕ ਹੋਰ ਰਿਕਰੂਟਮੈਂਟ ਦੇ ਸਬੰਧ ਵਿੱਚ ਨਿਊਜ਼ ਆਈ ਸੀਗੀ ਹਾਲਾਂਕਿ ਇਹਦੇ ਵਿੱਚ ਪੋਸਟਾਂ 3 ਨੇ ਪਰ ਇਹਦੇ ਵਿੱਚ ਜਨਰਲ ਤੇ ਬਾਲਮੀਕੀ ਐਸਸੀ ਦੀ ਪੋਸਟ ਹੀ ਦੇ ਰੱਖੀ ਹੈ ਟੋਟਲ 10 ਪੋਸਟਾਂ ਨੇ ਇਹ ਹੈਗੀ ਪੋਸਟ ਪੋਸਟ ਅਸਿਸਟੈਂਟ ਗਰੁੱਪ ਬੀ ਦੀ ਪੋਸਟ ਰਹੇਗੀ ਔਰ ਇਹਦੇ ਚ ਤੁਹਾਡੇ ਕੋਲ ਲੀਗਲ ਅਸਿਸਟੈਂਟ ਦੇ ਸਬੰਧ ਚ ਯਾਨੀ ਆਲਮੋਸਟ ਤੁਹਾਡੇ ਕੋਲ ਲਾਅ ਗ੍ਰੈਜੂਏਟ ਹੋਣੀ ਚਾਹੀਦੀ ਹੈ ਠੀਕ ਹੈ ਉਹੀ ਇੱਥੇ ਫਾਰਮ ਭਰ ਸਕਦੇ ਨੇ ਇਹ ਇੰਪੋਰਟੈਂਟ ਨੋਟ ਹੈ ਕਿ ਕੈਂਡੀਡੇਟ ਮਸਟ ਪੋਜੈਸ ਦਾ ਰਿਕੁਆਇਰਮੈਂਟ ਕੁਆਲੀਫਿਕੇਸ਼ਨ ਬਿਫੋਰ ਯਾਨੀ 31 ਅਕਤੂਬਰ 2020 ਤੱਕ ਹੋਣਾ ਚਾਹੀਦਾ ਜੋ ਕਿ ਬਹੁਤ ਸਾਰੇ ਬੱਚਿਆਂ ਨੂੰ ਘਬਰਾਹਟ ਹੈ ਕਿ ਫਾਈਨਲ ਈਅਰ ਜਿੰਨਾ ਦਾ ਅਜੇ ਤੱਕ ਸੈਮੈਸਟਰ ਦਾ ਰਿਜ਼ਲਟ ਨਹੀਂ ਹੈ ਸਰਕਾਰਾਂ ਦਾ ਡਿਸੀਜਨ ਨਹੀਂ ਹੈ ਤਾਂ ਕੀ ਅਸੀਂ ਫਾਰਮ ਭਰ ਸਕਾਂਗੇ ਨਹੀਂ ਭਰ ਸਕਾਂਗੇ ਤਾਂ ਤੁਸੀਂ ਇਨਸ਼ੋਰ ਤਰੀਕੇ ਨਾਲ ਫਾਰਮ ਆਪਣਾ ਭਰ ਸਕਦੇ ਹੋ ਉਮਰ 1800 ਤੋਂ ਲੈ ਕੇ 37 ਸਾਲ ਤੱਕ ਹੈ ਕੰਪੀਟੀਟਿਵ ਟੀਵੀ ਐਗਜ਼ਾਮੀਨ ਐਗਜ਼ਾਮੀਨਸ਼ਨ ਜੋ ਤੁਹਾਡਾ ਹੋਏਗਾ ਐਗਜ਼ਾਮਸ ਦੀ ਡਿਟੇਲ ਐਥਾ ਇਹਨਾਂ ਨੇ ਕੰਪਲੀਟ ਲੋਡ ਤੇ ਨਹੀਂ ਦਿੱਤੀਆਂ ਲੇਕਿਨ ਫਿਰ ਵੀ ਅਕਤੂਬਰ ਵਿੱਚ ਕਿਹਾ ਕਿ ਤੁਹਾਡਾ ਲਿਖਤੀ ਪੇਪਰ ਹੋਏਗਾ ਰਜਿਸਟ੍ਰੇਸ਼ਨ ਪ੍ਰੋਸੈਸ ਤੁਹਾਡੀ ਸ਼ੁਰੂ ਹੋ ਚੁੱਕੀ ਹੈ 31 ਤਰੀਕ ਤੁਹਾਡੀ ਲਾਸਟ ਹੈ ਠੀਕ ਹੈ ਔਰ 7 ਤਰੀਕ ਤੱਕ ਯਾਨੀ ਐਜ਼ ਯੂਜਵਲ ਦਾ ਜੋ ਕਿ ਸਬ ਡਿਵੀਜ਼ਨਲ ਜੋ ਇੰਜੀਨੀਅਰ ਹੋਣਗੇ ਉਹਨਾਂ ਤਰ੍ਹਾਂ ਤੋਂ ਹੀ ਤੁਸੀਂ ਆਪਣੀ ਫੀਸ ਸਭੀ ਸਬਮਿਟ ਕਰ ਸਕਦੇ ਹੋ ਹੋਰ ਇਸ ਦੇ ਸਬੰਧ ਵਿੱਚ ਵਧੇਰੀ ਜਾਣਕਾਰੀ ਤੁਹਾਨੂੰ ਜ਼ਰੂਰਤ ਹੋਵੇ ਤੁਸੀਂ ਸਾਨੂੰ ਪੁੱਛ ਸਕਦੇ ਹੋ ਤੁਸੀਂ ਆਪਣਾ ਬੇਹਦ ਖੂਬਸੂਰਤ ਸਾਨੂੰ ਸਮਾਂ ਦਿੱਤਾ ਇਸ ਲਈ ਮੈਂ ਤੁਹਾਡਾ ਸ਼ੁਕਰੀਆ ਕਰਨਾ ਹੈ ਤਾਂ ਕਿ ਹਰ ਕਿਸੇ ਤੱਕ ਪ੍ਰੋਪਰਲੀ ਜਾਣਕਾਰੀ ਪਹੁੰਚ ਜਾਵੇ ਮੈਂ ਮਿਲਾਂਗਾ ਇੱਕ ਹੋਰ ਤਮਾਕੇਦਾਰ ਬ੍ਰੇਕਿੰਗ ਨਿਊਜ਼ ਲੈ ਕੇ ਤਦ ਤੱਕ ਖਿਆਲ ਰੱਖੋ ਟੇਕ ਕੇਅਰ ਬਾਏ ਬਾਏ